ਭਾਜੀ ਕਲਾਕਾਰ ਹੋਵੋਗੇ ਤੁਸੀਂ ਹੋਵੋਗੇ, ਲੇਕਿਨ ਚਾਹ ਦੇ ਪੈਸੇ ਲੱਗਣਗੇ ਲੱਗਣਗੇ, ਚਾਹ ਤੇ ਚਸਕੀ ਪਾਰੇ ਦਾ ਕਾਪਾ ਭਾਜੀ 1500 ਰੁਪਈਆ ਦੋਗੇ ਤੇ ਮੈਂ ਤੁਹਾਨੂੰ ਜਾਣ ਦੇਣਾ, ਏਦਾਂ ਨੀ ਮੈਂ ਜਾਣ ਦੇਣਾ। ਪਰ ਦੇਖ ਵੀਰੇ ਪਹਿਲੀ ਗੱਲ ਤਾਂ ਜੇ ਮੈਂ ਤੈਨੂੰ ਰੇਟ ਨਹੀਂ ਪੁੱਛਾ ਤੂੰ 1500 ਰੁਪਏ ਕੱਪ ਵਾਲੀ ਕਿਹੜੀ ਗੱਲ ਆ, ਨਾਲੇ ਯਾਰ ਮੈਂ ਕਲਾਕਾਰ ਬੰਦਾ ਕਿਹੜਾ ਪਹਿਲੀ ਵਾਰੀ ਤੇਰੇ ਕੋਲ ਆਇਆ, ਜਦੋਂ ਤੇਰੀ ਰੇਡੀ ਹੁੰਦੀ ਸੀ ਉਦੋਂ ਵੀ ਤਾਂ ਆਇਆ ਸੀਗਾ ਨਾ ਯਾਰ, ਮੈਂ ਬਟੂਆ ਭੁੱਲਿਆ ਤੂੰ ਮੈਨੂੰ ਭੁੱਲ ਗਿਆ ਯਾਰ, ਮੈਂ ਘਰੇ ਜਾ ਕੇ ਭੇਜ ਦਿੰਦਾ ਪੈਸੇ, ਕਿੱਡੀ ਕੁ ਗੱਲ ਆ ਭਰਾਵਾ। ਭਾਜੀ ਉਹ ਦੇਖੋ ਕੀ ਲਿਖਿਆ, ਉਧਾਰ ਇੱਕ ਜਾਦੂ ਹੈ, ਅਸੀਂ ਕਰ ਦੇਣਾ ਤੇ ਤੁਸੀਂ ਗਾਇਬ ਹੋ ਜਾਣਾ, ਤੁਸੀਂ ਬਾਅਦ ਚੋਂ ਆਣਾ ਹੀ ਨਹੀਂ ਭਾਜੀ। ਮੈਂ ਐਡੇ ਤੈਨੂੰ ਜਾਦੂਗਰ ਨੂੰ ਜਾਣਦਾ, ਮੈਨੂੰ 10 ਮਿੰਟ ਦੇ। ਲੈ ਲਓ ਭਾਜੀ, ਟੇਕ ਯੋਰ ਟਾਈਮ। ਪ੍ਰਭ ਤੇਰਾ ਹੀ ਆਸਰਾ। ਪ੍ਰਭ ਵੀਰੇ ਹਾਂ ਯਾਰ ਬੱਬਲ ਬੋਲਦਾ, ਕਿੱਥੇ ਉਹ ਕਾਹਨੂੰ ਯਾਰ, ਇਹਦਾ ਪਾਰੇ ਜਿਹਦਾ ਦਿਮਾਗ ਖਰਾਬ ਹੋਇਆ, ਆਹੋ ਆ ਜਿਹੜਾ ਚਾਹ ਵਾਲਾ, ਤੂੰ ਆਏਗਾ ਯਾਰ, ਮੈਨੂੰ ਮਾੜਾ ਜਿਹਾ ਕੈਸ਼ ਚਾਹੀਦਾ ਸੀਗਾ, ਚੱਲ ਵੇਟ ਕਰਦਾ ਮੈਂ, ਛੇਤੀ ਆ ਜੀ। ਏਦਾਂ ਆਉਣਗੇ ਪੈਸੇ ਆਉਣੇ, ਏਦਾਂ ਮੇਰਾ ਪੂਰਾ ਪੈਸਾ ਹੀ ਨਹੀਂ ਹੁੰਦਾ, ਸਾਰਾ ਕੁਛ ਬੰਦੇ ਦੀ ਇੱਜ਼ਤ ਕਰਨੀ ਵੀ ਸਿੱਖ ਲਓ, ਆਉਂਦਾ ਭਰਾ ਮੇਰਾ। ਕੋਈ ਗੱਲ ਨਹੀਂ ਆ ਲੈਂਦੇ ਭਾਜੀ, ਪੈਸੇ ਲੈ ਕੇ ਆਉਣਗੇ ਨਾ, ਆਏ ਨਹੀਂ ਅਜੇ ਤੱਕ। ਆ ਗਿਆ। ਹਾਂ ਬੱਬਲ, ਕਈਆਂ ਨੇ ਸਾਰੀ ਉਮਰ ਚਾਹ ਹੀ ਰਹਿਣਾ ਹੁੰਦਾ ਨਾ, ਹਰ ਇੱਕ ਚਾਹ ਥੋੜੀ ਤਰੱਕੀ ਕਰ ਲੈਂਦਾ। ਫੜੋ ਕਿੰਨੇ ਪੈਸੇ ਤੇਰੇ? ਪੂਰੇ 1500 ਰੁਪਏ। ਚੱਕ 1500, ਤੂੰ ਥੁੱਕ ਲਾ ਕੇ ਗਿਣ ਲਾ। ਚਲ ਆ ਚਲੀਏ, ਇੱਕ ਮਿੰਟ ਇੱਕ ਮਿੰਟ। ਰੱਖ ਲਾ ਤੂੰ ਚਾਹ ਬਣਾ, ਚੱਲ ਫਿਰ ਸਵਾਦ ਬਹਿਣ ਲੱਗੇ। ਬਹਿ ਜਾ ਭਾਜੀ, ਇੱਕ ਮਿੰਟ ਸਾਫ਼ ਕਰਦੇ। ਉਹ ਸੁਣਦੇ ਇਹਦੀਆਂ ਚਵਲ ਦੀਆਂ। ਬਹਿ ਜਾ ਭਾਜੀ। ਨਹੀਂ ਚਵਲ ਨਹੀਂ, ਮੇਰਾ ਨਾਮ ਪਾਰਾ ਸਿੰਘ ਹੈ ਭਾਜੀ। ਇੱਕ ਮਿੰਟ ਬੈਠੋ ਤੇ ਸਹੀ ਭਾਜੀ। ਬਹੁਤ ਬਹੁਤ ਸਵਾਗਤ ਹੈ ਭਾਜੀ ਮੇਰੇ ਬ੍ਰਾਂਡ ਨਿਊ ਖੋਖੇ ਦੇ ਉੱਤੇ, ਤੇ ਤੁਹਾਡਾ ਵੀ ਸਾਰਿਆਂ ਦਾ ਸਵਾਗਤ ਹੈ ਜੀ ਚਾਹ ਤੇ ਚੁਸਕੀ ਪਾਵਰਡ ਬਾਏ ਬੌਨ। ਭਾਜੀ ਥੋੜਾ ਸਮਾਈਲ ਕਰ ਲਓ। ਥੈਂਕ ਯੂ ਥੈਂਕ ਯੂ ਥੈਂਕ ਯੂ, ਸ਼ੁਕਰੀਆ। ਅੱਛਾ ਭਾਜੀ, ਮੈਂ ਨਾ ਟਰੱਕ ਤੇ ਫੱਟੇ ਤੇ ਬਹਿ ਕੇ ਕਿਤੇ ਜਾ ਰਿਹਾ ਸੀਗਾ ਤੇ ਮੈਂ ਦੂਜੇ ਟਰੱਕ ਤੇ ਫੱਟੇ ਦੇ ਉੱਤੇ ਨਾ ਕੁਝ ਪੜਿਆ ਤੇ ਤੁਹਾਡੇ ਲਈ ਅਰਜ਼ ਕਰਨ ਲੱਗਾ, ਚੋਰੀ ਕੀਤਾ। ਆਉਣ ਦਿਓ। ਅਰਜ਼ ਕੀਤਾ ਭਾਜੀ, ਗੰਗਾ ਗਏ ਹੱਡ ਤੇ ਸਹੇਲੀ ਨੂੰ ਦਿੱਤੇ ਪੈਸੇ ਮੁੜ ਕੇ ਨਹੀਂ ਆਏ। ਗੰਗਾ ਗਏ ਹੱਡ ਤੇ ਸੇਲੀ ਨੂੰ ਦਿੱਤੇ ਪੈਸੇ ਮੁੜ ਕੇ ਨਹੀਂ ਆਏ, ਪਰ ਮੇਰੇ ਖੋਖੇ ਤੇ ਦੋ ਯਾਰ ਬੱਬਲ ਰਾਏ ਤੇ ਪ੍ਰਭ ਗਿੱਲ ਇਕੱਠੇ ਆਏ। ਕਿਆ ਬਾਤ ਹੈ, ਹਾਂ ਕਿਆ ਬਾਤ ਹੈ। ਅੱਛਾ ਵਾਹ ਵਾਹ ਕਰਨਾ ਸੀ, ਵਾਹ 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 ਕੀ ਕਰਨਾ ਸੀ। ਹੋਰ ਸੁਣਾ ਹੋਰ ਸੁਣਾ। ਨਹੀਂ ਠੀਕ, ਹੋਰ ਸੁਣਾ। ਹਾਂ ਹੋਰ ਸੁਣਾ। ਮਿਹਰਬਾਨ ਕਦਰਦਾਨ, ਥੋੜਾ ਪਾਸਾ ਇਧਰ ਨੂੰ ਘੁਮਾਓ ਤੇ ਸਿੱਧੀ ਨਜ਼ਰ ਮੇਰੇ ਬੂਥੇ ਤੇ ਪਾਓ। ਚਾਹ ਇੱਥੇ ਵੜਦੀ ਹੈ, ਮਿੱਠਾ ਪੱਤੀ ਠੋਕੇ ਵੱਡੇ ਵੱਡੇ ਬੰਦੇ ਪੀਂਦੇ ਫਿਰ ਗੱਡੀ ਰੋਕ ਕੇ। ਸੌ ਜਵੈਨ ਅਦਰਕ ਮਲਾਠੀ ਸਭ ਕੁਝ ਪਾਈਦਾ, ਸਟਾਰਾਂ ਕੋਲੋਂ ਤਾਂ ਅਸੀਂ ਉਬਾਲਾ ਵੀ ਲਵਾਈਦਾ। ਚਾਹ ਮੇਰੀ ਨਾ ਰੰਗ ਨਾ ਹੁੰਦਾ ਕਾਲਾ ਜੀ, ਪੀਵੇ ਕੋਈ ਵਿਰਲਾ ਕਰਮਾ ਭੱਗਾ ਵਾਲਾ ਜੀ। ਜਿਹੜਾ ਵੀ ਪਾਰੇ ਦੇ ਖੋਕੇ ਉੱਤੇ ਆਊਗਾ ਨਾ, ਲੇਟ ਹੋ ਜਾਊਗਾ, ਮੈਂ ਲੇਟ ਹੋ ਜਾਊਗਾ, ਕਮਾਲ ਹੀ ਹੋ ਜਾਏਗੀ। ਮੈਂ ਕਹਿੰਦਾ ਤੇ ਤੈਨੂੰ ਪਾਣੀ ਖਾਣ ਪਿਲਾਊਗਾ। ਤੁਹਾਡੇ ਕੋਲ ਪੈਸੇ ਨਹੀਂ ਸੀਗੇ ਹੈ ਨਾ, ਤੇ ਭਾਜੀ ਐਵੇਂ ਦਿੱਕਤ ਹੋ ਜਾਂਦੀ ਕਦੀ ਕਦੀ। ਨਹੀਂ ਆਪਾਂ ਡਰਾਮਾ ਕੀਤਾ ਵੀ ਮੇਰੇ ਕੋਲ ਪੈਸੇ ਨਹੀਂ ਸੀਗੇ। ਹਾਂ ਭਾਜੀ, ਨਹੀਂ ਕਦੀ ਹੋਇਆ ਭਾਜੀ ਇੱਦਾਂ ਕਿ ਤੁਹਾਡੇ ਕੋਲ ਪੈਸੇ ਨਹੀਂ ਹੋਵੇ ਤੇ ਤੁਸੀਂ ਫੋਨ ਕਰਕੇ ਬੁਲਾਇਆ ਹੋਵੇ ਕਿ ਯਾਰ ਪ੍ਰਭ ਦੇ ਯਾਰ ਮੈਨੂੰ ਪੈਸੇ ਟ੍ਰਾਂਸਫਰ ਕਰੀ ਦੇ। ਨਹੀਂ ਮੇਰੇ ਨਾਲ ਕਦੇ ਐਂ ਹੋਇਆ ਨਹੀਂ ਹਲੇ ਤੱਕ ਤੁਹਾਡਾ ਚਵਲ। ਅੱਛਾ, ਮਤਲਬ ਹਮੇਸ਼ਾ ਕੈਸ਼ ਹੁੰਦਾ ਤੁਹਾਡੇ ਕੋਲ? ਹਾਂਜੀ, ਮੈਂ ਪਹਿਲਾਂ ਤਾਂ ਜ਼ਿੰਮੇਵਾਰ ਰਿਹਾ। ਮੈਨੂੰ ਕਦੇ ਨੀ ਭੁੱਲਦਾ ਜ਼ਿੰਦਗੀ ਚ, ਮੇਰੇ ਘਰ ਦੇ ਕੋਲ ਹੀ ਲੁਧਿਆਣੇ ਮਾਲ ਆ ਇੱਕ, ਤੇ ਮੈਂ ਉਹਦੇ ਚ ਸ਼ੋਪਿੰਗ ਕਰ ਰਿਹਾ ਸੀ ਐਂਡ ਮੇਰਾ ਕਾਰਡ ਆਈ ਡੋਂਟ ਨੋ ਐਕਚੁਅਲੀ ਮੈਂ ਪਾਸਵਰਡ ਗਲਤ ਲਾ ਰਿਹਾ ਸੀ ਉਹਨੂੰ। ਓਕੇ, ਸੋ ਵੈਸੇ ਕੀ ਪਾਸਵਰਡ ਹੈ ਵੈਸੇ? ਉਹ ਮੈਂ ਤੈਨੂੰ ਦੱਸਦਾ ਕੋਈ ਨਾ, ਵੈਸੇ ਤੂੰ ਨੋਟ ਕਰ ਸਕਦਾ। ਹਾਂਜੀ ਹਾਂਜੀ, 6644 ਪਛਾਣ ਲਿਆ। ਅੱਛਾ ਜੀ, ਐਂਡ ਉਹ ਮੈਨੂੰ ਕਹਿੰਦੇ ਵੀ ਕੋਈ ਨਾ ਭਾਜੀ ਤੁਹਾਨੂੰ 15 ਮਿੰਟ ਦੀ ਮੁਹਲਤ ਦਿੱਤੀ ਜਾਂਦੀ, ਕਿਉਂਕਿ ਉਹਨੂੰ ਮੈਂ ਵਾਸਤੇ ਪਾਏ ਵੀ ਮੇਰਾ ਘਰ ਬਹੁਤ ਨੇੜੇ ਆ ਤੇ ਮੈਨੂੰ ਜਾ ਕੇ ਲਿਆ ਕੇ ਮਾੜਾ ਜਿਹਾ ਮੇਕ ਸ਼ੋਰ ਕਰਕੇ ਵਾਪਸ ਆ ਲੈਂਦਾ। ਅਮੀਰ ਅਮੂਰ ਵਾਲਾ ਕੋਈ ਚੱਕਰ ਨੀ ਆ, ਇਹ ਤਾਂ ਵੈਸੇ ਪੈਸੇ ਜ਼ਿਆਦਾ ਨੇ ਆਪਣੇ ਪੈ ਜਾਂਦੀ ਹੈ। ਬੰਦੇ ਦਾ ਦਿਲ ਵੱਡਾ ਹੋਣਾ ਚਾਹੀਦਾ, ਪੈਸਾ ਤਾਂ ਬੰਦੇ ਦੇ ਕੋਲੇ ਆਉਂਦਾ ਜਾਂਦਾ ਰਹਿੰਦਾ। ਕੀ ਬਾਤ ਹੈ ਭਾਜੀ, ਅਸੀਂ ਗੱਲ ਦੇ ਉੱਤੇ ਭਾਜੀ ਹੁਣ
ਚਾਹ ਬਣਾ ਦਿਓ ਮੈਨੂੰ ਇੱਕ ਕੱਪ ਚ ਕਹਿਣ ਸਵਾਦ ਜੀ। ਚੱਲ ਆ ਜਾ ਫਿਰ ਆਪਾਂ ਬਣਾਉਂਦੇ ਹਾਂ ਚਾਹ ਤੇ ਚੁਸਕੀ ਲਾਉਂਦੇ ਆ ਭਾਈ ਹੁਣ ਬ੍ਰੈਂਡ ਨਿਊ ਖੋਖੇ ਦੇ ਉੱਤੇ ਬੱਬਲ ਰਾਏ ਭਾਜੀ ਤੇ ਪ੍ਰਭ ਗਿੱਲ ਭਾਜੀ ਮਜ਼ਾ ਆ ਗਿਆ। ਚਾਹ ਬਣਾ ਯਾਰ ਹੱਥੇ ਨਾਲ ਆਪਾਂ ਨੂੰ ਬਣਾਉਣੀ ਪੈਣੀ ਆ। ਨਹੀਂ ਨਹੀਂ ਭਾਜੀ ਇਕੱਠੇ ਰਲ ਕੇ ਬਣਾਵਾਂਗੇ। ਚਲੋ ਭਾਜੀ ਪ੍ਰਭਾ ਜੀ ਵੈਸੇ ਤੁਸੀਂ ਪੜ੍ਹੋ ਤਾਂ ਸਹੀ ਹੈ ਕਰੀ ਜ਼ਰਾ ਤਾਂ ਪੜ੍ਹੋ ਹਲਕਾ ਜਿਹਾ ਤਾਂ ਪੜ੍ਹੋ ਭਾਜੀ। ਨਹੀਂ ਰੋਮਾਂਟਿਕ ਵਾਲੀ ਉਹ ਠੀਕ ਆ ਵਧੀਆ ਚਾਹ ਸਵਾਦ ਲੱਗਦੀ ਆ ਨਾਲੇ ਪੱਤੀ ਤੇ ਚੀਨੀ। ਅੱਛਾ ਭਾਜੀ ਹਗਟੀ ਵੀ ਹੈਗੀ ਆ ਪਾਰੇ ਨਾਲ ਚੱਪੀ ਐ ਨਹੀਂ ਪਸੰਦ ਕਰੋਗੇ? ਜਵਾਬ ਭਰਾਵਾ ਜ਼ਹਿਰ ਪੀਣਾ ਮਨਜ਼ੂਰ ਹੈ। ਜੱਫੀਆਂ ਪਾਉਣ ਨੂੰ ਸਾਨੂੰ ਹੁਣ ਪਰ ਹੀ ਰਹਿ ਗਿਆ। ਨਹੀਂ ਭਾਜੀ ਥੋੜੀ ਜਿਹੀ ਤਾਂ ਪਾ ਲਿਓ ਸਾਈਡ ਤੋਂ। ਉਹ ਨਹੀਂ ਵੀਰੇ ਜਿਹੜੀ ਗੱਲ ਹੋ ਹੀ ਨਹੀਂ ਸਕਦੀ ਯਾਰ। ਅੱਛਾ ਚਲੋ ਕੋਈ ਚੱਕਰ ਨਹੀਂ ਭਾਜੀ। ਕਦੀ ਇਦਾਂ ਹੋਇਆ ਕਿ ਤੁਸੀਂ ਬੱਬਲ ਭਾਈ ਨੂੰ ਕਿਹਾ ਖਾਏਗਾ ਭਾਜੀ? ਇੱਕ ਮਿੰਟ ਇਹਨੂੰ ਕੁੱਟਣ ਨੂੰ ਕੁਛ ਹੈਗਾ? ਪੋਸਟ ਹਾਂਜੀ ਭਾਜੀ ਇਹਨੂੰ ਕੁੱਟੇ ਇਹਨੂੰ ਕੁੱਟਣ ਲਈ ਲਓ ਭਾਜੀ ਕੁੱਟਣ ਲਈ ਲਓ। ਮਿੰਟ ਇਹ ਹੁਣ ਤੂੰ ਆਪ ਕੈਮਰੇ ਦੇ ਮੂਹਰੇ ਕਿਹਾ ਵੀ ਕੁੱਟਣ ਲਈ ਲਓ ਕੁੱਟਣ ਲਈ ਲਓ ਕੁੱਟਣ ਲਈ ਲਓ। ਮਜ਼ਾਕ ਕਰਦੇ ਸੀ ਵੀਰੇ ਆ ਜਾ ਭਾਈ ਜਿੱਦਾਂ ਤੁਸੀਂ ਕਦੀ ਜੱਸੀ ਭਾਜੀ ਨਾਲ ਤਿੰਨੋਂ ਤੁਸੀਂ ਇਕੱਠੇ ਗਏ ਹੋ ਹਨਾ ਤੇ ਅੱਗੋਂ ਦੀ ਭਾਜੀ ਕੰਮ ਨਾ ਬਣਿਆ ਹੋਵੇ ਹਨਾ ਤੁਸੀਂ ਆਉਂਦੇ ਆਉਂਦੇ ਭਾਜੀ ਸੋਚਿਆ ਕਿ ਯਾਰ ਇਹ ਕਹਾਵਤ ਸੱਚ ਹੋ ਗਈ ਯਾਰ ਤਿੰਨ ਕਾਣੇ ਹੁੰਦੇ ਆ? ਨਹੀਂ ਨਹੀਂ ਜੇ ਤਿੰਨ ਗਾਣੇ ਹੁੰਦੇ ਤਾਂ ਦੇਖ ਤੀਜਾ ਗਾਣਾ ਹੁਣ ਤੂੰ ਖੜਾ। ਪਰ ਮੈਨੂੰ ਤਾਂ ਲੱਗਦਾ ਕਿ ਯਾਰ ਮੈਂ ਤਾਂ 3 ਤਰੀਕ ਨੂੰ ਜੰਮੇ, ਮੇਰਾ ਤਾਂ ਲੱਕੀ ਨੰਬਰ ਵੀ 3 ਆ। ਅੱਛਾ ਜੀ ਇਦਾਂ ਅੱਜ ਤੱਕ ਤਾਂ ਕਦੇ ਹੋਇਆ ਨਹੀਂਗਾ ਵੀ ਕਦੇ ਇਕੱਠੇ ਤਿੰਨੇ ਗਏ ਹੋਈਏ ਤੇ ਕੋਈ ਕੰਮ ਨਾ ਬਣਿਆ। ਸਾਨੂੰ ਤਾਂ ਇਕੱਠਿਆਂ ਨੂੰ ਲੋਕੀ ਬਹੁਤ ਪਸੰਦ ਕਰਦੇ ਤੇ ਕੰਮ ਲਈ ਤੁਸੀਂ ਜਾਂਦੇ ਹੋ ਜਦੋਂ ਸੱਚੇ ਦਿਲੋਂ ਜਾਂਦੇ ਹੋ ਹਰੇਕ ਕੰਮ ਹੁੰਦਾ 3-4-5 ਫਿਰ ਵਹਿਮ ਭਰਮਾਂ ਨੂੰ ਫਿਰ ਛੱਡ ਦੇ। ਮਤਲਬ ਇਹ ਵਹਿਮਾਂ ਭਰਮਾਂ ਨੂੰ ਭੁੱਲਣਾ ਪਏਗਾ ਸਾਨੂੰ। ਜਿਵੇਂ ਉਮਰਾਂ ਚ ਕਹਿੰਦੇ ਆ ਨਾ ਵੀ ਨੰਬਰ ਮੈਟਰ ਨਹੀਂ ਕਰਦੇ, ਉਦਾਂ ਹੀ ਇਹ ਕੰਮਾਂ ਚ ਵੀ ਨੰਬਰ ਮੈਟਰ ਨਹੀਂ ਕਰਦੇ। ਤੁਸੀਂ ਸੱਚੀ ਸੁੱਚੀ ਨੀਤ ਨਾਲ ਕਿਤੇ ਵੀ ਜਾਂਦੇ ਹੋ ਸਾਰੇ ਕੰਮ ਹੁੰਦੇ ਆ ਬਾਬਾ ਨਾਲ ਸਾਰੇ ਕੰਮ ਹੁੰਦੇ। ਬਿਲਕੁਲ ਸਹੀ ਕਿਹਾ ਪ੍ਰਭ ਭਾਈ ਨੇ। ਅੱਛਾ ਭਾਜੀ ਕਦੀ ਤੁਹਾਡਾ ਬੱਬਲ ਭਾਈ ਨੇ ਉਹ ਆ ਤਾਂ ਨਹੀਂ ਪੁਰਾਣਾ? ਨਹੀਂ ਨਹੀਂ ਭਾਜੀ ਦੁੱਧ ਅਸਲੀ ਦੁੱਧ ਅਸਲੀ ਹੈ ਭਾਜੀ। ਅੱਛਾ ਭਾਜੀ ਕੋਈ ਐਸੀ ਰੀਝ ਜਿਹੜੀ ਕਿ ਤੁਸੀਂ ਪ੍ਰਭ ਭਾਈ ਤੋਂ ਕਰਵਾਉਣਾ ਚਾਹੁੰਦੇ ਹੋ? ਮੈਂ ਚਾਹੁੰਦਾ ਵੀ ਪ੍ਰਭ ਗਿੱਲ ਨਾ ਕਦੇ ਚਾਹ ਨੂੰ 7 ਵਾਲੀਆਂ ਦੇ ਕੇ ਤੇ ਗਲਾਸ 'ਚ ਪਾ ਕੇ ਨਾ ਮੈਨੂੰ ਪੜਾਵੇ ਕਦੇ, ਕਿਉਂਕਿ ਮੈਂ ਚਾਹ ਬਣਾਉਂਦਾ ਬਣਾਉਂਦਾ ਥੋੜ੍ਹਾ ਜਿਹਾ ਥੱਕ ਗਿਆ। ਕੀ ਬਾਤ ਹੈ ਇਹ ਬੱਬਲ 7 ਕਿਉਂ ਬਈ? 7 ਨਾਲ ਜ਼ਿਆਦਾ ਸੋਹਣਾ। ਉਹ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਜਦੋਂ ਡੋਰ ਸੁੱਤਣ ਨੂੰ ਨਹੀਂ ਸੀ ਬਾਲੀ ਦਾ ਸੁਰੇਸ਼, ਹਾਂ ਹਾਂ ਹਾਂ, ਉਹਨੂੰ ਕਹਿੰਦੇ ਹੁੰਦੇ ਸੀ ਜੇ 7 ਵਾਲੀਆਂ ਦਵਾਓ ਤੇ ਡੋਰ ਜ਼ਿਆਦਾ ਪੱਕੀ ਸੂਤ ਹੁੰਦੀ ਹੈ। ਅੱਛਾ ਜੀ ਬਿਲਕੁਲ ਭਾਜੀ ਓਕੇ ਲਓ ਜੀ ਚਾਹ ਬਣ ਗਈ ਹੈ ਆਪਣੀ ਭਾਜੀ। ਹੋਰ ਚਾਹ ਘੈਂਟ ਬਣ ਗਈ ਰੰਗ ਚਾਹ ਦਾ ਦੱਸ ਰਿਹਾ। ਆਪਾਂ ਸਿੱਧਾ ਗਲਾਸਾਂ 'ਚ ਹੀ ਪਾਈਏ? ਨਹੀਂ ਨਹੀਂ ਭਾਜੀ ਇਹ 'ਚ ਪਾ ਲਓ, ਜੱਗ 'ਚ ਪਾਈਏ ਪਹਿਲਾਂ, ਜੱਗ 'ਚ ਪਾ ਲਓ ਯਾਰ। ਚਾਹ ਘੈਂਟ ਦੇ ਚੱਕਰ 'ਚ ਮੈਨੂੰ ਲੱਗਦਾ ਅਸੀਂ ਚਾਹ ਥੋੜੀ ਬਣਾ ਲਈ। ਮੈਂ ਉਹੀ ਤਾਂ ਕਹਿ ਰਿਹਾ ਭਾਜੀ। ਤੇ ਕੋਈ ਨਾ ਆਪਾਂ ਦੋਨਾਂ ਨੇ ਪੀਣੀ ਆ। ਓ ਹਾਂ ਸੱਚ ਨਹੀਂ ਮੈਂ ਆਪਣੇ ਆਪਣੇ ਦੋਨਾਂ ਦੇ ਹਿਸਾਬ ਨਾਲ ਹੀ ਕਹਿ ਰਿਹਾ ਥੋੜੀ। ਨਹੀਂ ਨਹੀਂ ਆਪਣੇ ਦੋਨਾਂ ਦੇ ਹਿਸਾਬ ਨਾਲ ਤਾਂ ਠੀਕ ਆ। ਅੱਛਾ ਇੱਕ ਮਿੰਟ ਤੈਨੂੰ ਤਰਸਾਉਣ ਦੀ ਇੰਨੀ ਬਹੁਤ ਆ ਵੀ ਚਾਹ ਸਵਾਦ ਬਣੀ ਸੀ। ਥੈਂਕ ਯੂ ਚਲ ਮੇਰੇ ਭਾਈ ਯਾਰ ਆਹ ਗੱਲ ਗਲਤ ਹੋ ਗਈ ਹੈ। ਤੈਨੂੰ ਚਾਹ ਦਾ ਸ਼ਾਟ ਦਿੱਤਾ ਸਿੱਧਾ ਮਾਰ ਬਾਟਮ ਅਪ ਕਰ ਦੇਦਾ। ਚਲੋ ਚਲੋ ਜੀ ਬਹਿ ਕੇ ਪੀਨੇ ਬੱਬਲ। ਚੀਅਰਸ ਬਰਾਬਰੇ, ਹੈਪੀ ਵਿੰਟਰਸ ਹੈ। ਚੀਅਰਸ ਵੀਰੇ। ਥੈਂਕ ਯੂ। ਓ ਯਾਰ ਚਲੋ ਐਨੀ ਕੁ ਮਿਲੀ ਹੈ, ਮਿਲੀ ਤਾਂ ਸਹੀ। ਪ੍ਰਭ ਗਿੱਲ ਤੇ ਬੱਬਲ ਰਾਏ ਭਾਜੀ ਨੇ ਚਾਹ ਬਣਾਈ ਹੈ ਆਪਣੇ ਲਈ, ਜ਼ਿਆਦਾ ਬਣਾਈ ਹੈ ਮੇਰੇ ਲਈ ਥੋੜੀ। ਤੈਨੂੰ ਵੀਰੇ ਸ਼ਾਟ ਦਿੱਤਾ, ਸ਼ਾਟ ਮਹਿੰਗੇ ਹੁੰਦੇ ਆ ਸਮਝਦਾ। ਇਹ ਵੀ ਗੱਲ ਸਹੀ ਹੈ। ਇਹ ਤਾਂ 1500 ਦਾ 2500 ਦਾ ਹੋ ਗਿਆ। ਸ਼ੁਕਰ ਮਨਾ ਕੇ ਪੀ ਲਾ। ਬਿਲਕੁਲ ਭਾਜੀ ਸ਼ੁਕਰ ਪ੍ਰਭ ਗਿੱਲ ਜੀ ਦਾ। ਵਾਹ ਸੱਚੀ ਕਮਾਲ ਚਾਹ ਬਣਾਈ ਆ, ਸੁਪਰ ਚਾਹ ਸੁਪਰ। ਇੱਕ ਮਿੰਟ ਭਾਜੀ ਮੈਂ ਨਾ ਤੁਹਾਨੂੰ ਬੌਂਦ ਦੇ ਰਸ ਵੀ ਖਵਾਉਣਾ ਭਾਜੀ। ਬੌਂਦ ਦੇ ਰਸ ਸਪੈਸ਼ਲ ਗੁੱਡਨੈਸ ਆਫ ਇਲਾਇਚੀ ਐਂਡ ਫੁੱਲ ਆਫ ਪ੍ਰੋਟੀਨ 0% ਟਰਾਂਸ ਫੈਟ ਪ੍ਰੋਟੀਨ ਵਾਲੇ ਰਸ। ਹੌਲੀ 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 ਥੋੜੇ ਆਪ ਖਾਇਆ ਕਰ ਦਰਜੀ ਤੂੰ ਪਰਾ ਜਾਨ ਆਵੇ ਭਾਜੀ ਤੇ ਖੋਲ ਲਵੇ ਤੇ ਕਲਾਕਾਰਾਂ ਨੂੰ ਭਾਜੀ ਖਵਾਣੇ ਹੁੰਦੇ ਭਾਜੀ। ਸ਼ੁਕਰ ਹੈ ਇਹਦੇ ਵਰਗੇ ਤਾਂ ਪੈਕੇਟ ਹੀ ਨਹੀਂ ਖੁੱਲਦਾ। ਚਾਹ ਦਾ ਸੱਚਾ ਦੋਸਤ ਭਾਜੀ, ਚਾਹ ਦਾ ਸੱਚਾ ਦੋਸਤ ਬੌਂਦ ਦੇ ਰਸ ਸੱਚੇ ਦੋਸਤ। ਅੱਛਾ ਰਸ ਚਾਹ ਦੇ ਸੱਚੇ ਦੋਸਤ ਜਿਵੇਂ ਅਸੀਂ ਸੱਚੇ ਦੋਸਤ। ਬਿਲਕੁਲ ਤੂੰ ਖਾਣਾ? ਨਹੀਂ ਨਹੀਂ ਭਾਜੀ ਮੈਂ ਚੱਲ ਇੱਕ ਪਾ ਦਿੰਦੇ ਇਹਨੂੰ ਇੱਕ ਪਾ ਦਿੰਦੇ ਰੱਖ ਦਿੰਦੇ ਹਾਂ ਉਹ ਤੇਰੇ ਪਲੇਟ 'ਚ ਯਾਰ। ਗਲਤ ਗਲਤ ਸਮਝਦਾ ਯਾਰ, ਗਲਤੀ ਸੀ। ਚੱਲ ਬੈ ਬੱਲੇ ਬੱਲੇ ਬਈ ਬੱਲੇ ਬੱਲੇ। ਵਾਹ ਹੈ ਕਿ ਨਹੀਂ ਕੰਬੀਨੇਸ਼ਨ ਕੰਬੀਨੇਸ਼ਨ ਚਾਹੇ ਕਾ ਸੱਚਾ ਦੋਸਤ ਜਿਵੇਂ ਪ੍ਰਭ ਭਾਈ ਤੇ ਬੱਬਲ ਭਾਜੀ ਬੌਂਦ ਰਸ। ਵਾਹ ਹਾਂਜੀ ਭਾਜੀ ਹੁਣ ਆਪਾਂ ਗੱਲ ਕਰ ਰਹੇ ਸੀਗੇ ਕਦੀ ਫੈਨ ਮੂਵਮੈਂਟ ਭਾਜੀ ਇੱਦਾਂ ਦਾ ਹੋਇਆ ਹੋਵੇ ਹਨਾ ਤੁਹਾਡੇ ਨਾਲ
ਕੁੜੀਆਂ ਤੁਹਾਨੂੰ ਕਹਿਣਡੀਆਂ ਹੁਣ ਪਲੀਜ਼ ਮੁਝੇ ਨਾ ਪ੍ਰਭ ਸੇ ਮਿਲਾ ਦਿਓ, ਤੇ ਤੁਹਾਨੂੰ ਕਹਿਣਡੀਆਂ ਹੁਣ ਪਲੀਜ਼ ਮੁਝੇ ਨਾ ਬੱਬਲ ਸੇ ਮਿਲਾ ਦਿਓ। ਕੋਈ ਫੈਨ ਮੂਮੈਂਟ ਭਾਜੀ ਅਲੱਗ ਜਿਹਾ ਹੀ ਹੋਇਆ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ? ਨਹੀਂ, ਅਕਸਰ ਇੱਦਾਂ ਫੈਨਸ ਦੇ ਮੈਸੇਜਸ ਵਗੈਰਾ ਆ ਜਾਂਦੇ ਕਈ ਵਾਰੀ ਕਿ ਜਿੱਦਾਂ ਕਿ ਮੈਂ ਆਹ ਸਕੈਚ ਬਣਾਇਆ ਸੀਗਾ ਪ੍ਰਭ ਲਈ ਕਿ ਉਹਨਾਂ ਨੇ ਦੇਖਿਆ ਨਹੀਂਗਾ, ਤੁਸੀਂ ਪਲੀਜ਼ ਉਹਨਾਂ ਨੂੰ ਦਿਖਾ ਦਿਓ ਨਾ। ਓਕੇ, ਕਿਉਂਕਿ ਕਈ ਵਾਰੀ ਰੈਂਡਮਲੀ ਚੈੱਕ ਕਰ ਲੈਂਦੇ ਡੀ ਐਮਸ ਜਿਹੜੇ ਹੁੰਦੇ ਆ। ਠੀਕ ਹੈ ਜੀ। ਰੀਸੈਂਟਲੀ ਮੈਂ ਤੈਨੂੰ ਆਸਟ੍ਰੇਲੀਆ ਤੋਂ ਕਾਲ ਕਰਕੇ ਵੀਡੀਓ ਕਾਲ ਕਰਕੇ ਗੱਲ ਕਰਾਈ ਸੀ ਨਾ, ਸਾਡੇ ਰਿਸ਼ਤੇਦਾਰ ਉਹ ਫੈਨ ਸੀਗੇ। ਅੱਛਾ ਜੀ, ਪ੍ਰਭ ਦੇ। ਹਾਂ ਜੀ, ਹਾਂ, ਬਹੁਤ ਵਾਰ ਹੋ ਜਾਂਦਾ ਇਦਾਂ ਕਿ ਇਹਦੇ ਬਾਰੇ ਮੈਨੂੰ ਬਹੁਤ ਸਾਰੇ ਮੈਸੇਜਸ ਕਈ ਵਾਰੀ ਜਦੋਂ ਸ਼ੋਜ਼ ਲਾਉਣ ਜਾਈਦੇ ਆ ਬੱਬਲ ਜੱਸੀ ਨੂੰ, ਜੱਸੀ ਲਈ ਜ਼ਿਆਦਾ ਕੁੜੀਆਂ ਵੱਲੋਂ ਮੈਸੇਜ ਆਉਂਦੇ ਆ। ਤੂੰ ਜ਼ਰੂਰ ਕਰਨੀ ਸੀ ਇਹ ਗੱਲ, ਆਪਾਂ ਜਾ ਰਹੇ ਸੀ ਸ਼ਾਇਦ ਕੋਈ ਤਰਸ ਕਰਕੇ ਆਪਾਂ ਨੂੰ ਕਰਨੀ ਆ। ਹਾਂਜੀ ਬਿਲਕੁਲ ਬਿਲਕੁਲ, ਮੈਨੂੰ ਵੀ ਨਹੀਂ ਆਉਂਦੇ। ਅੱਛਾ ਭਾਜੀ, ਗਾਣਾ ਸੀ ਤੁਹਾਡਾ ਯਾਰ ਔਖੇ ਵੇਲੇ ਖੜਦੇ ਨੇ ਜੱਟ ਦੇ, ਹੈਨਾ, ਤੇ ਭਾਜੀ ਉਹ ਜਿਹੜੇ ਯਾਰ ਨੇ ਉਹ ਕਿੱਦਾਂ ਖੜਦੇ ਨੇ ਭਾਜੀ? ਥੋੜੀ ਅੱਜ ਕੱਲ੍ਹ ਠੰਡ ਹੈਗੀ ਹੈ, ਇੱਦਾਂ ਖੜਦੇ ਨੇ, ਹੈਨਾ, ਥੋੜਾ ਮਾਡਲ ਟਾਈਪ ਹੈਗਾ ਯਾਰ, ਇੱਦਾਂ ਕਰਕੇ ਖੜਦਾ, ਹੈਨਾ, ਜਾਂ ਥੋੜਾ ਜਿਹਾ ਡਰਪੋਕ ਹੈਗਾ ਯਾਰ, ਐਂ ਕਰਕੇ ਖੜਦਾ ਪਿਆ, ਜਾਂ ਫਿਰ ਭਾਜੀ ਸੁਨੀਲ ਸ਼ੈਟੀ ਵਰਗਾ ਯਾਰ, ਡਰ ਚ ਮੇਰੀ ਮਾਂ, ਕੁਛ ਇੱਦਾਂ ਦਾ ਯਾਰ। ਭਾਜੀ ਕਿੱਦਾਂ ਖੜਦੇ ਯਾਰ? ਯਾਰ ਇੱਦਾਂ ਖੜਦੇ ਜਿਵੇਂ ਹੁਣੀ ਫੋਨ ਕੀਤਾ ਸੀਗਾ ਤੇ ਫਿਰ ਪੈਸੇ ਦੇਣ ਆ ਗਿਆ ਸੀਗਾ ਨਾ ਯਾਰ। ਅੱਛਾ, ਹਾਂ, ਲੋੜ ਪਈ ਦੇ ਵਿੱਚ ਜਦੋਂ ਕੋਈ ਖੜ ਜਾਵੇ ਤੇ ਫਿਰ ਮਤਲਬ ਜਦੋਂ ਦੇ 4000 ਤੂੰ ਬਣਾਇਆ ਨਾ। ਹਾਂਜੀ ਹਾਂਜੀ ਭਾਜੀ, ਇਹ ਅਸੀਂ ਬਹਿਣ ਵੀ ਨਹੀਂ ਦਿੰਦੇ ਕੋਲ, ਖੜਨ ਖੁੜਨ ਵਾਲਾ ਕੋਈ ਫੰਡਾ ਨਹੀਂ। ਓਕੇ, ਜਿਹੜੇ ਠੰਡ 'ਚ ਵੀ ਯਾਰ ਉਹ ਜਿਹੜਾ ਮੌਕੇ ਤੇ ਕੰਮ ਆਵੇ। ਅੱਛਾ ਜੀ, ਸਤਿਕਾਰ ਪਿਆਰ ਕਰੇ ਬਸ, ਖੜੇ ਖੜਨ ਖੁੜਨ ਵਾਲਾ ਕੋਈ ਚੱਕਰ ਨਹੀਂ। ਓਕੇ, ਛੜੇ ਬੰਦੇ ਨੂੰ ਭਾਜੀ ਠੰਡ ਜ਼ਿਆਦਾ ਲੱਗਦੀ ਹੈ ਮਹਿੰਗਾਈ ਜ਼ਿਆਦਾ ਲੱਗਦੀ ਹੈ? ਛੜਿਆਂ ਨੂੰ ਪੁੱਛ ਕੇ ਦੱਸਾਂਗੇ। ਛੜੇ ਬੰਦੇ ਨੂੰ ਠੰਡ ਜ਼ਿਆਦਾ ਲੱਗਦੀ ਹੋ ਸਕਦੀ ਹੈ ਕਿਉਂਕਿ ਮਹਿੰਗਾਈ, ਉਹ ਕਿਹੜਾ ਘਰੇ ਇਕੱਲਾ ਤਾਂ ਵਿਚਾਰਾ, ਉਹਨੇ ਕਿਹੜਾ ਰਾਸ਼ਨ ਪਾਣੀ ਲੈ ਕੇ ਆਉਣਾ, ਹੈ ਨਾ, ਮਹਿੰਗਾਈ ਨਾਲ ਉਹਦਾ ਜ਼ਿਆਦਾ ਬਾਹਰ ਹੀ ਪੈਂਦਾ ਹੋਣਾ, ਗਰੋਸਰੀ ਨਹੀਂ ਲੈ ਕੇ ਆਉਣੀ, ਕੋਈ ਘਰੇ ਹੈ ਨਹੀਂ ਗੀ, ਸਮਝ ਲਓ ਭਾਜੀ ਮੈਨੂੰ ਮਹਿੰਗਾਈ ਵੀ ਠੰਡ ਜ਼ਿਆਦਾ ਲੱਗਦੀ ਕਿਉਂਕਿ ਦੇਵੀ ਭਾਜੀ ਦਾ ਇੰਨਾ ਸੋਹਣਾ ਤਾਂ ਸ਼ੇਅਰ ਆ ਗਏ, ਛੜੇ ਬੰਦੇ ਨੂੰ ਸਿਆਲ ਤੰਗ ਕਰਦਾ। ਹਾਂ ਭਾਜੀ, ਮੈਨੂੰ ਠੰਡ ਵੀ ਤੰਗ ਕਰਦੀ ਹੈ, ਮੈਨੂੰ ਮਹਿੰਗਾਈ ਵੀ ਤੰਗ ਕਰਦੀ ਹੈ। ਹੱਥ ਨਾਲ ਰਹਿਣ ਸੱਚੀ ਹੱਥ ਮੈਨੂੰ ਨਾ ਹੋਵੇ ਨੀ, ਇਹਦੇ ਵਿੱਚ ਕੁਛ ਨੀ ਗਾ ਵੀਰੇ, ਬਣਦੀ ਸੀ ਯਾਰ ਬਾਅਦ ਥੋੜਾ, ਕਈ ਵਾਰੀ ਥੋੜਾ ਮੈਂ ਜ਼ਿਆਦਾ ਬੋਲ ਜਾਂਦਾ। ਸੌਰੀ, ਚਲੋ ਕੋਈ ਚੱਕਰ ਨਹੀਂ ਭਾਜੀ। ਅੱਛਾ ਭਾਜੀ, ਤੁਸੀਂ ਕਦੀ ਪ੍ਰਭ ਭਾਈ ਦੇ ਗਾਣਿਆਂ ਦਾ ਸਹਾਰਾ ਲਿਆ, ਕਿਸੇ ਨੂੰ ਮਨਾਇਆ ਹੋਵੇ ਇਹਨਾਂ ਦੇ ਜਿਵੇਂ ਰੋਮਾਂਟਿਕ ਗਾਣੇ? ਹਾਂ, ਮੈਨੂੰ ਤਾਂ ਗਾਣਾ ਬਹੁਤ ਵਧੀਆ ਲੱਗਦਾ ਸੀ, ਗੁੱਸੇ ਨਾ ਹੋਇਆ ਕਰਨੀ ਸਾਡੀ ਜਾਨ ਨਿਕਲ ਜਾਏ। ਕਿਆ ਬਾਤ, ਇੱਕ ਵਾਰੀ ਭਾਈ ਪੂਰੀ ਤਰ੍ਹਾਂ? ਨਹੀਂ ਯਾਰ, ਹੁਣ ਤੂੰ ਆਪਾਂ ਸਵਾਲੋ ਸਵਾਲੀ ਹੋ, ਗਾਣੋ ਗਾਣੀ ਨਹੀਂ ਹੋਣਾ। ਤੂੰ ਆਪਣੇ ਦਿਮਾਗ 'ਚ ਚਾਹ ਦਾ ਸਾਈਜ਼ ਰੱਖਿਆ ਕੱਪ ਦਾ? ਭਾਜੀ ਹੈਗਾ ਚਾਹ ਦਾ ਪੂਰਾ ਕੱਪ ਵੀ ਮੇਰੇ ਕੋਲ ਪਿਆ। ਹਾਂ, ਉਹਨੂੰ ਉਹਦੇ ਜ਼ਿਹਨ 'ਚ ਰੱਖ ਕੇ ਉਹਨੂੰ ਤੇ ਉਹ ਸਵਾਲ ਪੁੱਛ ਜਿਹੜੇ ਤੂੰ ਕਰ ਰਿਹਾ ਵੀ ਇਹ ਆਪਣੇ ਚਾਹ ਦੇ ਕੱਪ ਦਾ ਗਾਣੇ ਵੀ ਭਾਲਦਾ ਨੂੰ, ਚਾਹ ਦੇ ਕੱਪ ਦਾ ਸਾਈਜ਼ ਦੇਖਦੇ ਆਪਣੀਆਂ ਫਰਮਾਇਸ਼ਾਂ ਦੇ। ਭਾਜੀ ਬਰਾਬਰ ਨੇ ਤੁਵੇਂ, ਐਦਾਂ ਨਹੀਂ ਕਹਿਣਾ। ਨਹੀਂ ਨਹੀਂ, ਚਾਹ ਦਾ ਗਲਾਸ ਦਾ ਸਾਈਜ਼ ਤੇ ਤੇਰਾ ਸਾਈਜ਼ ਬਰਾਬਰ ਆ, ਫਰਮਾਇਸ਼ਾਂ ਥੋੜੀਆਂ ਉੱਪਰ ਹੋ ਰਹੀਆਂ। ਹਾਂ ਚਲੋ, ਆ ਜਾ। ਪੰਜਾਬੀਆਂ ਦੀ ਭਾਜੀ ਕਾਮਯਾਬੀ ਦੀਆਂ ਨਾ 7 ਲਾ ਲਓ ਜਾਂ 6 ਲਾ ਲਓ ਭਾਜੀ, ਕੀਜ਼ ਹੁੰਦੀਆਂ ਨੇ ਕਾਮਯਾਬੀ ਦੀਆਂ। ਸਾਨੂੰ ਕੀ, ਤੈਨੂੰ ਕੀ, ਮੈਨੂੰ ਕੀ, ਆਹ ਕੀ, ਉਹ ਕੀ, ਤੁਸੀਂ ਭਾਜੀ ਕਾਮਯਾਬੀ ਲਈ ਕਿਹੜੀ ਕੀ ਯੂਜ਼ ਕਰਦੇ ਹੋ? ਆਹ ਆਹ ਕੀ ਵੀ, ਤੈਨੂੰ ਕੀ, ਤੈਨੂੰ। ਅੱਛਾ ਮੈਨੂੰ ਕੀ, ਮਤਲਬ ਕੋਈ ਪਰਵਾਹ ਨਹੀਂ ਕਰਨੀ ਕਿਸੇ ਦੀ, ਤੈਨੂੰ ਕੀ, ਜਿਹੜੀ ਮਰਜ਼ੀ ਕੀ ਹੋਵੇ, ਮਤਲਬ ਮੈਨੂੰ ਕੀ। ਹਾਂ, ਇਹ ਤਾਂ ਦੋ ਹੋ ਗਈਆਂ ਭਾਜੀ, ਤੈਨੂੰ ਕੀ ਤੇ ਮੈਨੂੰ ਕੀ। ਉਹ ਤਾਂ ਤੂੰ ਆਪਦੇ ਹਿਸਾਬ ਨਾਲ, ਸਾਡੇ ਵਾਲੇ ਪਾਸੇ ਵਾਲੇ ਨੂੰ ਕਿਹਾ ਵੀ ਤੈਨੂੰ ਕੀ। ਅੱਛਾ ਅੱਛਾ, ਮੈਂ ਉਧਰ ਆਵਾਂ ਇੱਕ ਮਿੰਟ। ਹੁਣ ਤਾਂ ਭਾਜੀ ਉਧਰ ਕੋਈ ਵੀ ਨਹੀਂ ਹੈਗਾ, ਮੈਂ ਦੇਖ ਤੈਨੂੰ ਕੀ। ਇਹ ਵੀ ਗੱਲ ਆ ਯਾਰ, ਤੈਨੂੰ ਕੀ, ਉਧਰ ਕੋਈ ਨਹੀਂ ਹੈਗਾ ਤੇ, ਹੈਨਾ, ਇਹ ਵੀ ਗੱਲ ਆ ਭਾਜੀ। ਚਲੋ ਹੁਣ ਉਧਰ ਚੱਲ ਜਾਂਦੇ ਆ ਆਪਾਂ, ਜਾਣਾ ਪੈਣਾ, ਜਾਣਾ ਪੈਣਾ। ਅੱਛਾ ਭਾਜੀ, ਹੁਣ ਇੱਕ ਸਿਚੁਏਸ਼ਨ ਹੈ, ਹੈਨਾ, ਕਿ ਨਾ ਮੈਂ ਕੁੜੀ ਆ, ਠੀਕ ਹੈ, ਤੇ ਤੁਸੀਂ ਦੋਨੋਂ ਮੁੰਡਿਆਂ ਨੂੰ ਇਹ ਕੁੜੀ ਪਸੰਦ ਹੈ ਤੇ ਤੁਸੀਂ ਹਲਕੀ ਹਲਕੀ ਟਰਾਈ ਮਾਰਨੀ। ਮੇਰੀ ਸੋਚ 'ਚ ਤੂੰ ਕੁੜੀ ਲੱਗ ਨਹੀਂ ਰਹੀ ਜੀ, ਤੈਨੂੰ ਕਦੇ ਟਰਾਈ ਵੱਜ ਸਕਦੀ, ਮੇਰੀ ਕਲਪਨਾ ਸ਼ਕਤੀ ਫੇਲ ਹੋ ਗਈ। ਵੀਰੇ ਤੂੰ ਟਰਾਈ ਮਾਰ ਲਾ, ਉਹ ਕੁੜੀ ਬੈਠੀ। ਨਹੀਂ ਵੀਰੇ, ਮੈਂ ਤਾਂ ਕੰਧ 'ਚ ਸਿਰ ਮਾਰਨਾ, ਮੈਂ ਨਹੀਂ ਮਾਰਨਾ। ਇੱਥੇ ਕਾਫੀ ਕੰਧਾਂ ਨੇ ਪਰ ਮੈਂ ਤੁਹਾਨੂੰ ਮਾਰਨ ਨਹੀਂ ਦਾਂਗਾ। ਨਹੀਂ ਵੀਰੇ, ਮੈਂ ਤੁਹਾਡੇ ਕੋਲ ਸਿਚੁਏਸ਼ਨ ਹੀ ਕਰਾਵਾਂ। ਆ ਜਿਹੜੀ ਤੂੰ ਸਜ਼ਾ ਲਾਤੀ ਸਾਨੂੰ, ਇਹ ਆਲਮੋਸਟ ਸਿਰ ਵੱਜਿਆ ਹੀ ਆ ਕੰਧ। ਮੈਂ ਇਹ ਸੋਹਣੀ ਜਿਹੀ ਕੁੜੀ ਨੂੰ ਸ਼ੇਰ ਸੁਣਾਉਣਾ ਚਾਹੁੰਦਾ। ਤੇਰਾ ਉੱਪਰ ਲੱਭ ਹੋਈ ਪਾਸ਼ੀ, ਮੈਨੂੰ ਪਤਾ, ਮੈਨੂੰ ਲੱਗ ਗਿਆ ਤੇਰਾ ਜਿਗਰਾ ਓਏ। ਸੋਹਣੀਏ ਨਾਰੇ ਪਾਕੀਏ ਮਟਿਆਰੇ, ਸੋਹਣੀਏ ਨਾਰੇ ਪਾਕੀਏ ਮਟਿਆਰੇ, ਬੰਦਾ ਟਾਈਮ ਕੱਢ ਕੇ ਨਾ ਤੇਰੇ ਚਪੇੜਾ ਮਾਰੇ। ਦੇਖ ਵੀ ਹੁਣ ਇਹੀ ਬਣਦਾ ਸੀਗਾ। ਨਹੀਂ ਸਹੀ ਬਣਦਾ, ਜੈ ਮੈਂ ਟਰਾਈ ਮਾਰੀ, ਮੇਰੀ ਟਰਾਈ ਰੱਬ ਕਰੇ ਫੇਲ ਹੋ ਜਾਏ। ਦੇਖੋ ਜਿਹੜੀ ਗੱਲ ਹੈ,
ਮੇਰੀ ਗੱਲ ਨਾ ਬਣੇ ਭਾਜੀ, ਵੀਰੇ ਤੂੰ ਦੇਖ ਲਾ ਹੁਣ ਦਲਾ ਕਰਕੇ ਭਾਜੀ, ਪਤਾ ਕੀ ਚੱਕਰ ਹੁੰਦਾ ਅੱਗੇ ਉਹਦੀ ਵੀ ਦੇਖੋ ਨਾ, ਕੀ ਪਤਾ ਉਹੀ ਟਰਾਈ ਜਿਹੜੀ ਮਾੜੀ ਮੋਟੀ ਮਾਰੀ ਉਹ ਹੋ ਜਾਵੇ ਕਬੂਲ ਨਹੀਂ। ਜਿਵੇਂ ਤੇਰੇ ਵਰਗਾ ਲੜਕਾ ਹੋਵੇ ਤਾਂ ਆਪਾਂ ਕੂੜਾ ਕਹਿ ਸਕਦੇ ਬਿਨ ਦੇਖਾਂ ਕੋਈ ਬਿਨ ਬਿਨ ਕੋਈ ਤੇਰੇ ਬਿਨ ਹਰਾ ਲੱਭ ਨਹੀਂ ਰਿਹਾ। ਅਗਲਾ ਸਵਾਲ ਇਹ ਉਹ ਸੀ, ਇਹ ਤਾਂ ਟੱਪਾ ਵੀ ਨਹੀਂ ਪੈਣ ਦਿੱਤਾ ਵੀਰੇ ਦਾ ਆਹੀ ਸੀ। ਅਗਲਾ ਮੇਰਾ ਅਗਲਾ ਸਵਾਲ, ਅੱਛਾ ਭਾਜੀ ਕਹਿੰਦੇ ਨੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਹਨਾ, ਤੇ ਜਿਨ੍ਹਾਂ ਦੇ ਭਾਜੀ ਪੈਰ ਬਹੁਤ ਲੰਬੇ ਹੁੰਦੇ ਨੇ ਉਹਨਾਂ ਬਾਰੇ ਕੀ ਖਿਆਲ ਹੈ? ਉਹਦੇ ਪਰ ਸਾਡਾ ਕੀ ਖਿਆਲ ਹੈ, ਮੈਂ ਤਾਂ ਇਹੀ ਸੋਚ ਸਕਦਾ ਵੀ ਉਹ ਬੂਟ ਬਾਟ ਕਿੱਥੋਂ ਮੰਗਾਉਂਦਾ ਹੋਊਗਾ, ਆਰਡਰ ਕਰਦਾ ਹੋਊਗਾ, ਜਿਵੇਂ ਕਿਸੇ ਦੇ ਪੈਰ ਲੰਬੇ ਹੁੰਦੇ ਆ, 12 ਨੰਬਰ ਦਾ ਪੈਰ ਹੁੰਦਾ। ਨਹੀਂ ਛੱਡ, ਵਧੀਆ ਬੰਦੇ ਹੁੰਦੇ ਆ ਜਿਨ੍ਹਾਂ ਦੇ ਪੈਰ ਲੰਬੇ ਹੁੰਦੇ ਆ, ਕੀ ਉਹਨਾਂ ਬਾਰੇ ਅਲੱਗ ਕਿਉਂ ਬਈ, ਕੀ ਵਿਚਾਰ ਅਲੱਗ? ਇਹ ਗੱਲ ਅਲੱਗ ਆ ਵੀ ਉਹਨਾਂ ਦੇ ਸ਼ੂ ਆ ਜਿਹੜੇ ਕਸਟਮਾਈਜ਼ਡ ਹੁੰਦੇ ਆ, ਕਿ ਐਦਾਂ ਮਿਲਦੇ ਨੀਗੇ, ਜੋ ਕਿ ਵਧੀਆ ਗੱਲ ਆ, ਐਕਸਕਲੂਸਿਵਿਟੀ ਮਿਲਦੀ ਆ। ਮੈਂ ਚੀਜ਼ ਹਾਈਲਾਈਟ ਕਰ ਰਿਹਾ, ਤੁਸੀਂ ਗੁੱਸਾ ਕਿਉਂ ਕਰ ਰਹੇ ਹੋ? ਮੈਂ ਕਰ ਰਿਹਾ ਚੀਜ਼ ਹਾਈਲਾਈਟ, ਆ ਦੇਖੋ ਟਿੱਪਣੀਆਂ ਟੁੱਪਣੀਆਂ, ਇਹ ਤੇ ਕਰੋ ਟਿੱਪਣੀ, ਇਹ ਟਿੱਪਣੀਆਂ ਨਹੀਂ, ਮੈਂ ਤਾਂ ਸਗੋਂ ਐਂ ਰੱਖਦਾ। ਕਿਉਂ ਵੀਰੇ, ਟਿੱਪਣੀਆਂ ਸਟਿੱਪਣੀਆਂ ਕੋਈ ਨਹੀਂ, ਕਿ ਕੀ ਗੱਲ ਹੋ ਗਈ ਆ, ਇਹ ਬੰਦੇ ਆ। ਹਾਂਜੀ, ਮੈਂ ਵੀ ਤੂੰ ਤਾਂ ਵੀਰੇ ਉੱਥੋਂ ਵੀ ਪਤਾ ਲੱਗਦਾ ਵੀ ਅੱਧੋ ਅੱਧ ਦਾ ਫਰਕ ਪੈ ਜਾ। ਕਈ ਬ੍ਰਾਂਡਸ ਦੇ ਮਿਲ ਜਾਂਦੇ ਆ, ਤੇ ਕਈ ਲੈ ਵੀ ਲਈਦੇ, ਮਤਲਬ ਬਣਵਾ ਵੀ ਲਈਦੇ। ਜਦੋਂ ਤੂੰ ਗਿਫਟ ਕਰਨਾ ਹੈ ਮੈਨੂੰ ਦੱਸੀ, ਮੈਂ ਤੈਨੂੰ ਸਾਰਾ ਕੁਝ ਦੱਸੂਗਾ, ਤੂੰ ਭਾਜੀ ਨੂੰ ਪਹੁੰਚ ਦੇ। ਅੱਛਾ ਭਾਜੀ, ਤੁਸੀਂ ਕਦੀ ਭਾਈ ਦੇ ਗਾਣਿਆਂ ਦਾ ਸਹਾਰਾ ਲਿਆ, ਕਿਸੇ ਨੂੰ ਮਨਾਇਆ ਹੋਵੇ ਇਹਨਾਂ ਦੇ ਜਿਵੇਂ ਰੋਮਾਂਟਿਕ ਗਾਣੇ? ਹਾਂ, ਮੈਨੂੰ ਇਹਦਾ ਗਾਣਾ ਬਹੁਤ ਵਧੀਆ ਸੀ, ਗੁੱਸੇ ਨਾ ਹੋਇਆ ਕਰਨੀ ਸਾਡੀ ਜਾਨ ਨਿਕਲ ਜਾਏ। ਕੀ ਬਾਤ, ਇੱਕ ਵਾਰੀ ਭਾਈ ਪੂਰੀ ਤਰ੍ਹਾਂ? ਨਹੀਂ ਯਾਰ, ਹੁਣ ਤੂੰ ਆਪਾਂ ਸਵਾਲੋ ਸਵਾਲ ਹੀ ਹੋਊ, ਗਾਣੋ ਗਾਣੀ ਨਹੀਂ ਹੋਣਾ। ਤੂੰ ਆਪਣੇ ਦਿਮਾਗ 'ਚ ਚਾਹ ਦਾ ਸਾਈਜ਼ ਰੱਖਿਆ ਕੱਪ ਦਾ? ਭਾਜੀ ਹੈਗਾ ਚਾਹ ਦਾ ਪੂਰਾ ਕੱਪ ਵੀ ਮੇਰੇ ਕੋਲ ਪਿਆ। ਹਾਂ, ਉਹਨੂੰ ਉਹਦੇ ਜ਼ਿਹਨ 'ਚ ਰੱਖ ਕੇ ਉਹਨੂੰ ਤੇ ਉਹ ਸਵਾਲ ਪੁੱਛ ਜਿਹੜੇ ਤੂੰ ਕਰ ਰਿਹਾ ਵੀ ਇਹ ਆਪਣੇ ਚਾਹ ਦੇ ਕੱਪ ਦਾ ਸਾਈਜ਼ ਗਾਣੇ ਵੀ ਭਾਲਦਾ ਨੂੰ ਚਾਹ ਦੇ ਕੱਪ ਦਾ ਸਾਈਜ਼ ਦੇਖਦੇ ਆਪਣੀ ਇਨਫੋਰਮੇਸ਼ਨ ਦੇ। ਭਾਜੀ ਹਾਂਜੀ ਹਾਂਜੀ, ਗਾਣੇ ਦੇ ਵਿੱਚ ਭਾਜੀ ਫੀਲਿੰਗ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਬਜਟ ਜ਼ਿਆਦਾ ਹੋਣਾ ਚਾਹੀਦਾ? ਜਿਵੇਂ ਤੁਹਾਡੇ ਗਾਣੇ ਭਾਜੀ ਬਹੁਤ ਫੀਲਿੰਗ ਵਾਲੇ ਹੁੰਦੇ, ਘੈਂਟ ਘੈਂਟ ਰੋਮੈਂਟਿਕ ਸੌਂਗਸ। ਦੇਖੋ, ਜੇ ਬਜਟ ਜ਼ਿਆਦਾ ਹੋਊਗਾ ਤਾਂ ਮਤਲਬ ਆਪਾਂ ਮਹਿੰਗੀ ਮਾਡਲ ਸੋਹਣੀ ਕੁੜੀ ਲੈ ਕੇ ਆ ਸਕਦੇ ਹਾਂ, ਸੋਹਣੀ ਕੁੜੀ ਆਊਗੀ ਤਾਂ ਫੀਲਿੰਗ ਆਪੇ ਜ਼ਿਆਦਾ ਹੋ ਜਾਂਦੀ ਹੈ। ਬਾਕੀ ਤੁਸੀਂ ਕੀ ਕਹਿੰਦੇ, ਤੁਸੀਂ ਦੱਸ ਦਿਓ। ਤੁਸੀਂ ਭਾਜੀ ਕੀ ਕਹਿਣਾ ਚਾਹੁੰਦੇ? ਫੀਲਿੰਗ ਜ਼ਿਆਦਾ ਹੋਣੀ ਚਾਹੀਦੀ ਹੈ ਗਾਣੇ ਦੇ, ਆਡੀਓ, ਕਿਉਂਕਿ ਕਈ ਵਾਰੀ ਉਹਨੂੰ ਸਿਰਫ ਦੇਖਿਆ ਨਹੀਂ ਜਾਂਦਾ, ਗਾਣੇ ਨੂੰ ਸੁਣਿਆ ਵੀ ਜਾਂਦਾ। ਗਾਣਾ ਜਿਹੜਾ ਹੁੰਦਾ ਉਹ ਸੁਣਨ ਵਾਲੀ ਚੀਜ਼ ਹੁੰਦੀ ਹੈ, ਹੁਣ ਦੇਖਣ ਵਾਲੀ ਬਣ ਗਈ। ਸਾਰੀਆਂ ਕੰਪਨੀਆਂ ਨੋਟ ਕਰੋ, ਪ੍ਰੋਪ ਗਿੱਲ ਦੇ ਗਾਣਿਆਂ ਦੇ ਵਿੱਚ ਬਜਟ ਜ਼ਿਆਦਾ ਦੇਣ ਦੀ ਕੋਈ ਲੋੜ ਨਹੀਂ, ਕਿਉਂਕਿ ਭਾਜੀ ਨੂੰ ਸਿਰਫ ਫੀਲਿੰਗ ਚਾਹੀਦੀ ਹੁੰਦੀ ਹੈ। ਨਹੀਂ, ਮੈਂ ਫੀਲਿੰਗ ਦੇ ਬਹੁਤ ਪੈਸੇ ਲੈ ਲੈਣਾ ਭਾਜੀ। ਫਿਰ ਇੱਕ ਵਾਰੀ ਲਵ ਯੂ ਸੁਣਾ ਦਿਓ, ਚੰਗੀ ਤਰ੍ਹਾਂ ਪੜਾ ਕੇ ਅੱਧੀ ਕੱਪੀ ਚਾਹ ਦੀ ਗਾਣੇ ਪਾਉਣਾ ਯਾਰ, ਸਹੀ ਗੱਲ ਆ ਯਾਰ, ਹੱਦੇ ਆ ਯਾਰ, ਹੱਦੇ ਆ ਭਾਜੀ। ਨਹੀਂ ਯਾਰ, ਮਤਲਬ ਜੇ ਮੈਂ ਇਦਾਂ ਕਹਾਂ ਵੀ ਨਹੀਂ ਸੁਣਾਉਣਾ, ਫਿਰ ਤੁਸੀਂ ਕੀ ਕਰਦੇ ਹੋ? ਫਿਰ ਕੋਈ ਹੋਰ ਸੁਣਾ ਦਿਓ ਤੇਰੀ ਮਰਜ਼ੀ। ਐ ਤਾਂ ਨਹੀਂ ਕਹਿੰਦੇ ਵੀ ਚੰਗਾ ਭਾਜੀ, ਓਕੇ ਭਾਈ ਭਾਜੀ, ਐਦਾਂ ਥੋੜਾ ਨਾ ਕਵਾਂਗੇ, ਕਹਿ ਦੋ ਫਿਰ ਯਾਰ ਬਾਕੀ ਸਭ ਜਰ ਜਾਣਾ ਫਰਜ਼ੀ ਹੈ, ਲੈ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਤੀ ਨੀ, ਬਾਕੀ ਤੇਰੀ ਮਰਜ਼ੀ ਹੈ, ਲੈ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਤੀ ਨੀ, ਬਾਕੀ ਤੇਰੀ ਮਰਜ਼ੀ ਹੈ। ਜਿੱਦਾਂ ਦੀ ਕੁੜੀ ਤੇ ਤੁਸੀਂ ਟਰਾਈ ਕਰਨ ਨੂੰ ਕਿਹਾ ਸੀ, ਜੇ ਉਦਾਂ ਦੀ ਕੁੜੀ ਨੂੰ ਬੰਦੇ ਨੂੰ ਗਾਣਾ ਸੁਣਾਉਣਾ ਪਵੇ, ਐਂ ਲਿਰਿਕਸ ਭੁੱਲ ਜਾਂਦੇ। ਮਤਲਬ ਤੂੰ ਲਾਲਾ ਸਾਹਿਬ ਯਾਰ, ਜਿਹੜੀ ਤੂੰ 2 ਮਿੰਟਾਂ ਲਈ ਕੁੜੀ ਬਣਨ ਦੀ ਅਸਫਲ ਕੋਸ਼ਿਸ਼, ਉਹਨੂੰ ਉਹਦੇ ਚੰਗੇ ਭਲੇ ਗਾਣੇ ਭੁਲਾ ਦੇ। ਸਹੀ ਗੱਲ ਹੈ ਯਾਰ, ਵੈਸੇ ਅਕਸਰ ਭੁੱਲ ਜਾਂਦੇ ਭਾਜੀ ਗਾਣਾ ਕਿਉਂ ਨਹੀਂ ਭੁੱਲ ਜਾਈਦਾ ਯਾਰ, ਜਦੋਂ ਐਡਵਾਂਸ ਆਇਆ ਹੁੰਦਾ ਫਿਰ ਨਹੀਂ ਭੁੱਲਦੇ। ਨਹੀਂ 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 ਭੁੱਲੇ, ਮੈਂ ਭੁੱਲ ਲੱਗੇ, ਮੈਂ ਭੁੱਲ ਜਾਂਦਾ, ਮੈਂ ਭੁੱਲ ਜਾਂਦਾ। ਅੱਛਾ ਜੀ, ਹਾਂ ਤੁਸੀਂ ਭਾਜੀ? ਨਹੀਂ, ਮੈਂ ਨਹੀਂ ਭੁੱਲਦਾ ਪੂਰੇ ਪ੍ਰੋਪਰ ਯਾਦ ਹੁੰਦੇ ਆ ਆਲਮੋਸਟ? ਹਾਂ, ਮਤਲਬ ਕਦੇ ਇਹੋ ਜਿਹਾ ਨਹੀਂ ਕਰਦਾ ਭਾਜੀ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਚਾਹ ਤੇ ਚੁਸਕੀ ਲਾ ਕੇ, ਤੇ ਭਾਜੀ ਸਾਡੀ ਆਡੀਅੰਸ ਨੂੰ ਦੱਸੋ ਨਵਾਂ ਕੀ ਲੈ ਕੇ ਆ ਰਹੇ ਹੋ ਭਾਜੀ? 2020 ਦੇ ਜਨਵਰੀ ਦੇ ਵਿੱਚ ਮੇਰਾ ਗਾਣਾ ਆ ਰਿਹਾ ਜੀ, ਐਂਡ ਮਾਰਚ ਦੇ ਵਿੱਚ 2020 ਮਾਰਚ ਨੂੰ ਮੇਰੀ ਫਿਲਮ ਆ ਰਹੀ ਹੈ ਯਾਰ ਅਨਮੁੱਲੇ ਰਿਟਰਨਸ, ਅਤੇ ਮੇਰੀ ਪਹਿਲੀ ਫਿਲਮ। ਉਮੀਦ ਕਰਦਾ ਕਿ ਤੁਸੀਂ ਸਾਰੇ ਦੇਖੋਗੇ ਅਤੇ ਪਿਆਰ ਦਿਓਗੇ।
ਹੰਬਲ ਮੋਸ਼ਨ ਦੀ ਫਿਲਮ ਤੇ ਬਹੁਤ ਬਾ ਕਮਾਲ ਸਕ੍ਰਿਪਟ ਤੇ ਬਹੁਤ ਵਧੀਆ ਫਿਲਮ ਬਣੀ ਆ ਉਹਦੀ ਪ੍ਰਮੋਸ਼ਨ ਲਈ ਜਦੋਂ ਆਵਾਂਗੇ ਫਿਰ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸੂਗਾ ਤੇ ਜਦੋਂ ਬਾਏ ਦਾ ਟਾਈਮ ਉਹ ਫਿਲਮ ਰਿਲੀਜ਼ ਹੋਣ ਤੱਕ ਹੋਊਗੀ ਤਾਂ ਅਗਲੀ ਫਿਲਮ ਦੀ ਅਨਾਊਂਸਮੈਂਟ ਆ ਜੂਗੀ ਪ੍ਰਾਪਤ ਕਰਕੇ ਮੈਨੂੰ ਬਹੁਤ ਹੀ ਹਾਰਦਿਕ ਖੁਸ਼ੀ ਹੋ ਰਹੀ ਹੈ ਮਿਹਰਬਾਨੀ ਸ਼ੁਕਰੀਆ ਕਿਉਂਕਿ ਜਿੰਨੀ ਠੰਡ ਹੈ ਚਾਹ ਦੇ ਨਾਲ ਰਸ ਬਿਸਕਿਟ ਕਾਪੀ ਚੱਲਣ ਗਿਆ ਹਾਇਓ ਆ ਤਾਂ ਮੇਰੇ ਫੇਵਰੇਟ ਆ ਖੋਪੇ ਵਾਲੇ ਬਿਸਕਿਟ ਕੋਕਨਟ ਵਾਲੇ ਬਿਸਕਿਟ ਕਾਪੀ ਪੇਸਟ ਓਕੇ ਕਾਪੀ ਪੇਸਟ ਸ਼ੁਕਰੀਆ 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 ਬਹੁਤ ਵਧੀਆ ਲੱਗਾ ਜੀ ਉਹਨਾਂ ਚਾਹ ਤੇ ਚੁਸਕੀ ਲਾ ਕੇ ਅਗਲੇ ਹਫਤੇ ਮਿਲਦੇ ਆ ਜੀ ਅਗਲੇ ਕਲਾਕਾਰਾਂ ਦੇ ਨਾਲ ਤਦ ਤੱਕ ਦੇਦੇ ਰਹੋ ਚਾਹ ਤੇ ਚੁਸਕੀ ਚਾਹ ਦੇ ਨਾਲ ਖਾਣ ਵਾਲੀ ਸਭ ਤੋਂ ਫੇਵਰੇਟ ਚੀਜ਼ ਬਿਸਕਿਟ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਪ੍ਰਭ ਵੱਲੋਂ ਤੇ ਪਾਰਾ ਸਿੰਘ ਵੱਲੋਂ ਵੀ ਇਹਦੇ ਸਾਈਜ਼ ਦੇ ਹਿਸਾਬ ਨਾਲ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਰੱਬ ਕਰੇ ਜਿਹੜਾ ਨਵਾਂ ਸਾਲ ਆ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਹੈਪੀ ਨਿਊ ਈਅਰ